ਸ਼ਰਾਬ ਦੇ ਨਸ਼ੇ 'ਚ ਕੁੱਟਮਾਰ ਕਰਨ ਦੀਆਂ ਜਾਂ ਹੋਰ ਸੜਕੀ ਹਾਦਸੇ ਦੀਆਂ ਖਬਰਾਂ ਤਾਂ ਤੁਸੀਂ ਆਮ ਸੁਣੀਆਂ ਹੋਣਗੀਆਂ, ਪਰ ਸ਼ਰਾਬ ਦੇ ਨਸ਼ੇ 'ਚ ਅੰਮ੍ਰਿਤਸਰ ਦੇ ਇੱਕ ਵਿਅਕਤੀ ਨੇ ਆਪਣੀ ਜਾਨ ਤਾਂ ਗਵਾ ਹੀ ਲਈ, ਪਰ ਇਸ ਮੂਰਖ ਵਿਅਕਤੀ ਦਾ ਕਾਰਾ ਤੁਹਾਨੂੰ ਹੈਰਾਨ ਜ਼ਰੂਰ ਕਰ ਦੇਗਾ। ਜੀ ਹਾਂ, ਮਜੀਠਾ ਰੋਡ 'ਤੇ ਰਹਿੰਦੇ ਧਰਮਿੰਦਰ ਨਾਂ ਦੇ ਇੱਕ ਵਿਅਕਤੀ ਨੇ ਆਪਣੇ ਘਰ ਕੋਲੋਂ ਲੰਘ ਰਹੀਆਂ 11,000 ਵੋਲਟ ਦੀਆਂ ਤਾਰਾਂ ਨੂੰ ਲੋਹੇ ਦੇ ਸਰੀਏ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਤਾਰਾਂ ਦੇ ਸੰਪਰਕ 'ਚ ਆ ਗਿਆ। ਸੰਪਰਕ 'ਚ ਆਉਣ ਤੋਂ ਬਾਅਦ ਇਹ ਵਿਅਕਤੀ ਵੀ ਝੁਲਸ ਗਿਆ ਅਤੇ ਇਸਦੇ ਘਰ ਨੂੰ ਵੀ ਅੱਗ ਲੱਗ ਗਈ। ਗਿਆਰਾਂ ਹਜ਼ਾਰ ਕੇ ਵੀ ਲੰਘ ਰਹੀ ਹੈ ਨਾ, ਉਹਦੇ ਨਾਲ ਇਹਨੇ ਕੋਈ ਸੋਟੀ ਵਗੈਰਾ ਲਾਈ, ਉਹਨੇ ਲਾਉਣ ਨਾਲ ਜਿਹੜਾ ਕਰੰਟ ਪੈ ਗਿਆ ਇਹਨੂੰ, ਅਤੇ ਬਿਲਡਿੰਗ 'ਚ ਵੀ ਕਰੰਟ ਆ ਗਿਆ ਅਤੇ ਬਿਲਡਿੰਗ ਨੂੰ ਅੱਗ ਲੱਗ ਗਈ। ਅਤੇ ਉਹਦੇ 'ਚ ਇਹਨਾਂ ਦਾ ਘਰੇਲੂ ਸਮਾਨ ਵਗੈਰਾ ਸੀ ਜਿਹੜਾ, ਦੋ ਕਮਰੇ 3 'ਚ ਸੜ ਗਿਆ ਅਤੇ ਇਹ ਜ਼ਖਮੀ ਹੋਇਆ, ਇਹਨੂੰ ਸੜ ਗਿਆ, ਇਹ ਸੜਨ ਕਾਰਨ ਇਹਨੂੰ ਗੁਰੂ ਨਾਨਕ ਹੋਸਪਿਟਲ ਇਲਾਜ ਲਈ ਦਾਖਲ ਕਰਵਾਇਆ। ਲੋਕਾਂ ਨੇ ਐਂਬੂਲੈਂਸ ਅਤੇ ਪੁਲਿਸ ਪ੍ਰਸ਼ਾਸਨ ਤੇ ਦੇਰੀ ਨਾਲ ਆਉਣ ਦੇ ਇਲਜ਼ਾਮ ਲਗਾਏ। ਉਹਨਾਂ ਮੁਤਾਬਕ ਜੇਕਰ ਐਂਬੂਲੈਂਸ ਸਮੇਂ ਸਿਰ ਆਉਂਦੀ ਤਾਂ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਸੀ। ਤੇ ਐਂਬੂਲੈਂਸ ਵੀ ਮਤਲਬ 45 ਮਿੰਟ ਬਾਅਦ ਆਈ ਜੇ, ਤੇ ਪ੍ਰਸ਼ਾਸਨ ਦੇ ਲੋਕ ਵੀ ਥੋੜਾ ਲੇਟ ਹੋਏ ਜੇ, ਫਾਇਰ ਵਾਲੀ ਗੱਡੀ ਇੱਕੋ ਹੀ ਆਈ ਜੇ, ਠੀਕ ਹੈ ਜੀ। ਤੇ ਸਾਡੀ ਡਿਮਾਂਡ ਹੁਣ ਇਹੀ ਹੈ ਕਿ ਅੱਗੇ ਵੀ ਇੱਕ ਦੋ ਵਾਰੀ ਚਾਂਸ ਹੋ ਚੁੱਕਾ, ਅੱਗੇ ਚਾਂਸ ਨਾ ਹੋਵੇ, ਰਿਹਾਇਸ਼ ਬੜੀ ਵੱਧ ਗਈ ਹੈ, ਤਾਂ ਇਹ ਤਾਰਾਂ ਦਾ ਕੁਛ ਕੀਤਾ ਜਾਵੇ, ਠੀਕ ਹੈ ਜੀ। ਤਾਂ ਸਾਡੀ ਮਹੱਲੇ ਵਾਲਿਆਂ ਦੀ ਸਾਡੀ ਬੇਨਤੀ ਹੈ। ਪੁਲਿਸ ਅਤੇ ਐਂਬੂਲੈਂਸ ਦੀ ਦੇਰੀ ਨਾਲ ਆਉਣ ਦੀ ਗੱਲ ਇੱਕ ਪਾਸੇ, ਪਰ ਨਸ਼ੇ ਕਰਕੇ ਇਸ ਵਿਅਕਤੀ ਮੂਰਖਤਾ ਹੀ ਇਸ ਦੀ ਜਾਨ ਜਾਣ ਦਾ ਕਾਰਨ ਬਣ ਗਈ। ਨਸ਼ਾ ਕਰਨ ਵਾਲਿਆਂ ਨੂੰ ਇਸ ਖਬਰ ਤੋਂ ਸਬਕ ਜ਼ਰੂਰ ਲੈਣਾ ਚਾਹੀਦਾ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।